ਅਸਲਾਮੁ ਅਲੈਕਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਵਧੀਆ ਹੋ ਸਾਰੇ? ਅੱਛਾ, ਸਾਡੇ ਇੱਕ ਵੀਰ ਹੈ, ਠੀਕ ਹੈ, ਉਹਨੂੰ 100 ਬੰਦਾ ਚਾਹੀਦਾ, 100 ਬੰਦਾ ਨੋਨ ਵੇਅਰ ਹਾਊਸ ਦੇ ਵਿੱਚ, ਠੀਕ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਉਹਦੇ ਨਾਲ ਗੱਲਬਾਤ ਕਰ ਲਓ, ਠੀਕ ਹੈ। ਨੰਬਰ ਵੀ ਉਹਦਾ ਮੈਨਸ਼ਨ ਕਰ ਦਿੰਦਾ, ਸਾਰੀ ਡਿਟੇਲ ਮੈਂ ਮੈਨਸ਼ਨ ਕਰ ਦਿੰਦਾ। ਜਿਹੜੇ ਜਿਹੜੇ ਮੇਰੇ ਭਰਾ ਦੁਬਈ ਦੇ ਵਿੱਚ ਵਿਹਲੇ ਨੇ, ਵੀਜ਼ੇ ਵੂਜ਼ਿਆਂ ਵਾਲਾ ਕੋਈ ਚੱਕਰ ਨਹੀਂ ਹੈ, ਇਹ ਨਾ ਤੁਸੀਂ ਵੀਜ਼ੇ ਵਾਸਤੇ ਕਹੋ ਜੀ ਸਾਨੂੰ ਵੀਜ਼ਾ ਕਰ ਲਓ ਅਤੇ ਇਹ ਕਰ ਲਓ, ਉਹ ਸਭ ਕੋਈ ਸ਼ਾਇਦ ਵੀਜ਼ਾ ਵੂਜ਼ਾ ਨਹੀਂ ਹੈਗੀ, ਠੀਕ ਹੈ। ਜਿਹੜੇ ਇੱਥੇ ਦੁਬਈ ਦੇ ਵਿੱਚ ਆਈਡੀ ਜਿੰਨਾ ਕੋਲ ਹੈਗੀ, ਆਈਡੀ ਪਾਸਪੋਰਟ ਵਗੈਰਾ ਜਿੰਨਾ ਕੋਲ ਹੈ ਵਾ, ਠੀਕ ਆ, NOC ਵਗੈਰਾ ਜਿਹਦੇ ਕੋਲ ਹੈ ਵਾ, ਉਹ ਬੰਦੇ ਨਾਲ ਰਾਬਤਾ ਕਰ ਲਓ, ਠੀਕ ਹੈ। ਤੁਸੀਂ ਆਪਣੀ ਉੱਥੋਂ ਰੋਜ਼ੀ ਕਮਾ ਸਕਦੇ ਹੋ, ਅੱਛੀ ਸੈਲਰੀ ਹੈ, ਸਭ ਕੁਛ, ਯਾਨੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਤੁਸੀਂ ਉਹਦੇ ਨਾਲ ਰਾਬਤਾ ਕਰੋ, ਰਾਬਤਾ ਕਰਕੇ ਉਹਦੇ ਨਾਲ ਗੱਲਬਾਤ ਕਰੋ, ਆਪਣੇ ਡਾਕੂਮੈਂਟ ਸਾਈਨ ਕਰੋ, ਜਾ ਕੇ ਕੰਮ ਕਰੋ, ਠੀਕ। ਕੋਈ ਪੈਸਾ ਲੈਣਾ ਦੇਣਾ ਨਹੀਂ ਵੀ ਤੁਸੀਂ ਪੈਸੇ ਦੇ ਕੇ ਜੋਬ ਕਰਨੀ, ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਵੀ ਨਹੀਂ, ਕਿਸੇ ਨੂੰ ਇੱਦਾਂ ਪੈਸੇ ਪੂਸੇ ਨਾ ਠਗਾਓ। ਅਤੇ ਬਾਕੀ ਇਹ ਵੀਜ਼ੇ ਵੂਜ਼ਿਆਂ ਵਾਸਤੇ ਨਹੀਂ ਹੈ ਵੀ ਜੇ ਇਹਨਾਂ 500 ਬੰਦਾ ਮੈਸੇਜ ਕਰਦੇ ਵੇ ਜੀ ਸਾਨੂੰ ਵੀਜ਼ਾ ਭੇਜ ਦੇ ਨੂਨ ਵੇਅਰ ਹਾਊਸ ਦਾ, ਨਹੀਂ, ਠੀਕ ਹੈ। ਇਹ ਦੋਸਤ ਮੇਰਾ ਟਿਕਟੋਕ 'ਤੇ ਹੀ, ਉਹਨੇ ਮੈਨੂੰ ਕਿਹਾ ਯਾਰ ਵੀਡੀਓ ਲਾ ਦੇ, ਚੱਲ ਕੀ ਪਤਾ ਕਿਸੇ ਦਾ ਭਲਾ ਹੋ ਜਾਵੇ, ਠੀਕ ਹੈ। ਤੁਸੀਂ ਉਹਦੇ ਨਾਲ ਰਾਬਤਾ ਕਰੋ, ਰਾਬਤਾ ਕਰਕੇ ਮੇਰਾ ਭਾਈ, ਤੁਸੀਂ ਉਹਦੇ ਨਾਲ ਨੰਬਰ ਵੀ ਮੈਨਸ਼ਨ ਕਰ ਦੇਣਾ, ਸਭ ਕੁਛ ਕਰ ਦੇਣਾ ਵਾ। ਵੀਡੀਓ ਪੂਰੀ ਵੇਖਣੀ, ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਿਸੇ ਹੋਰ ਦਾ ਭਲਾ ਹੋ ਜਾਵੇ, ਵੀਡੀਓ ਅੱਗੇ ਸ਼ੇਅਰ ਕਰ ਦਿਆ ਜੇ, ਲਾਜ਼ਮੀ ਵੀਡੀਓ ਅੱਗੇ ਸ਼ੇਅਰ ਕਰਿਆ ਜੇ। ਵੀਡੀਓ ਪੂਰੀ ਵੇਖਣੀ ਹੈ ਕਿਉਂਕਿ ਵੀਡੀਓ ਨਾਲ ਅੱਗੇ ਕਿਸੇ ਤੱਕ ਪੈਗਾਮ ਪਹੁੰਚਦਾ ਵਾ, ਠੀਕ ਹੈ। ਅਸੀਂ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ, ਨਾ ਹੀ ਅੱਲਾ ਪਾ ਕੇ ਇੱਦਾਂ ਦੀ ਕਦੇ ਯਾਨੀ ਤੋਫੀਕ ਦੇਵੇ ਵੀ ਅਸੀਂ ਕਿਸੇ ਦੇ ਮਜ਼ਦੂਰ ਦਾ ਹੱਕ ਖਾਈਏ, ਠੀਕ ਹੈ। ਮੇਰੇ ਭਾਈ, ਤੁਸੀਂ ਉਹਦੇ ਨਾਲ ਰਾਬਤਾ ਕਰੋ, ਰਾਬਤਾ ਕਰਕੇ ਆਪਣੀ ਡਿਊਟੀ ਕਰੋ। ਜਿਹੜੇ ਇੱਥੇ ਦੁਬਈ ਦੇ ਵਿੱਚ ਵਿਹਲੇ ਬੈਠੇ ਨੇ, ਜਿਨ੍ਹਾਂ ਕੋਲ ਜੋਬ ਨਹੀਂ ਹੈ, ਜਿਨ੍ਹਾਂ ਕੋਲ ਕੰਮ ਨਹੀਂ ਹੈ, ਮਜ਼ਦੂਰੀ ਆ, ਇਹ ਨਹੀਂ ਵੀ ਉੱਥੇ ਹੁਣ ਜਾ ਕੇ ਤੁਹਾਨੂੰ ਸੈਕਟਰੀ ਲਵਾ ਦੇਣ, ਨਹੀਂ, ਮਜ਼ਦੂਰੀ ਆ, ਜਿਹੜਾ ਕੰਮ ਕਹੇਗਾ ਤੁਸੀਂ ਉਹਦੇ ਨਾਲ ਕਰ ਲੈਣਾ, ਅਗਰ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਰਾਬਤਾ ਕਰਕੇ ਤੁਸੀਂ ਚਲੇ ਜਾਣਾ ਵਾ। ਅੱਛਾ, ਇਹਦੇ 'ਚ ਮੈਂ 2-4 ਗੱਲਾਂ ਹੋਰ ਸਾਂਝੀਆਂ ਕਰਾਂਗਾ। ਕਈ ਬੰਦੇ ਮੇਰੇ ਨਾਂ ਦੀਆਂ ਫੇਕ ਆਈਡੀਆਂ ਬਣਾ ਕੇ ਆਵਾਮ ਨੂੰ ਲੁੱਟੀ ਜਾ ਰਹੇ, ਮੈਂ ਕਿਸੇ ਕੋਲ ਪੈਸੇ ਨਹੀਂ ਮੰਗਵਾਉਂਦਾ, ਨਾ ਮੈਨੂੰ ਜ਼ਰੂਰਤ ਹੈ ਮੰਗਵਾਉਣ ਦੀ, ਵੀਜ਼ੇ ਬੰਦ ਨੇ, ਵੀਜ਼ਿਆਂ ਦੀ ਮਾਲੂਮਾਤ ਮੈਂ ਇਸੇ ਵੀਡੀਓ 'ਚ ਦੇ ਦਿਆਂ, ਠੀਕ ਹੈ ਨਾ, ਵੀਜ਼ਿਆਂ ਦੀ ਮਾਲੂਮਾਤ ਮੈਂ ਇਸੇ ਵੀਡੀਓ 'ਤੇ, ਵੀਜ਼ੇ ਬੰਦ ਨੇ ਅਜੇ ਤੱਕ। ਮੇਰਾ ਭਰਾ, ਕਿਸੇ ਨੂੰ ਪੈਸੇ ਨਾ ਠਗਾਓ, ਮੇਰੇ ਨਾਂ ਦੀਆਂ ਫੇਕ ਆਈਡੀਆਂ ਬਣਾ ਕੇ ਤੁਹਾਨੂੰ ਮੈਸੇਜ ਕਰਦਾ, ਉਹਨੂੰ ਅੱਗੋ ਲੱਥੇ ਸੱਟੋ, ਠੀਕ ਹੈ ਨਾ। ਫੇਕ ਆਈਡੀ ਤੋਂ ਅਗਰ ਮੈਸੇਜ ਕਰਦਾ ਨਾ, ਹੋ ਸਕੇ ਤੁਹਾਨੂੰ 5-7 ਗਾਲਾਂ ਕੱਢੋ। ਗਾਲ ਵੈਸੇ ਕੱਢਣੀ ਨਹੀਂ ਚਾਹੀਦੀ, ਲੇਕਿਨ ਉਹ ਹੈ ਗਾਲਾਂ ਦੇ ਲਾਇਕ ਆ, ਠੀਕ ਨਾ, ਗਾਲ ਕੱਢਣੀ ਨਹੀਂ ਚਾਹੀਦੀ ਕਿਸੇ ਨੂੰ। ਬਾਕੀ ਯਾਰ ਇਹਨਾਂ ਤੋਂ ਬਚੋ, ਫੇਕ ਆਈਡੀਆਂ ਜਿਹੜੀ ਮੇਰੇ ਨਾਂ ਦੀਆਂ ਬਣਾਈ ਫਿਰਦੇ ਨੇ। ਮੇਰਾ ਇਹ ਯੂਟਿਊਬ ਚੈਨਲ ਸਮਾਈਲ ਵਲੌਗ, ਇਹਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ। ਅਤੇ ਜਿੱਦਾਂ ਹੀ ਕੋਈ ਅਪਡੇਟ ਆਈ ਮੈਂ ਦੱਸਾਂਗਾ, ਠੀਕ ਹੈ। ਇਹ ਬੰਦੇ ਨਾਲ ਤੁਸੀਂ ਲਾਜ਼ਮੀ ਰਾਬਤਾ ਕਰਨਾ ਵਾ, ਤੁਹਾਨੂੰ ਅੱਛੇ ਕੰਮ 'ਤੇ ਲਵਾਏਗਾ, ਜੋ ਕਿ ਇਹਨੂੰ ਚਾਹੀਦੇ ਨੇ ਬੰਦੇ, ਇਹ ਕੋਈ ਮਜ਼ਾਕ ਨਹੀਂ ਆ। ਕਸਮੇ ਮੈਨੂੰ ਉਸ ਬੰਦੇ ਨੇ ਕਿਹਾ ਵਾ ਅਤੇ ਮੈਂ ਵੀਡੀਓ ਉਹਦੀ ਲਾਈ ਆ, ਠੀਕ ਹੈ। ਮੈਨੂੰ ਕੋਈ ਮਫਾਦ ਨਹੀਂ ਉਹਦੇ ਨਾਲ, ਠੀਕ ਹੈ, ਨਾ ਹੀ ਉਹਨੂੰ ਮੇਰੇ ਨਾਲ ਮਫਾਦ ਹੈ। ਉਹਨੇ ਵੀ ਕਿਹਾ ਚਲੋ ਯਾਰ ਰੋਜ਼ੀ ਕਿਸੇ ਦੀ ਲੱਗ ਜਾਏਗੀ ਅਤੇ ਹੋਰ ਕੀ ਚਾਹੀਦਾ ਵਾ, ਠੀਕ ਹੈ। ਮੈਂ ਟਿਕਟੋਕ 'ਤੇ ਵੀਡੀਓ ਲਾ ਤੀ, ਉਹ ਬੰਦੇ ਸਾਰੇ ਵੇਖ ਕੇ ਉਹਨੇ ਮੈਂ ਦੱਸ ਦਿਆ ਡਿਟੇਲ ਹੈ। ਇੱਥੇ ਮੇਰਾ ਭਾਈ, ਉਹਦੀ ਸੈਲਰੀ ਵੀ ਸੁਣ ਲਓ, 1400 ਦਿਰਮ ਸੈਲਰੀ ਹੈ, ਠੀਕ ਹੈ। 1400 ਦਿਰਮ ਸੈਲਰੀ ਹੈ, ਰੂਮ ਸ਼ੂਮ ਹਰ ਸ਼ੈ ਟਰਾਂਸਪੋਰਟ ਵਗੈਰਾ ਉਹ ਦੇਣਗੇ। ਖਾਣੇ ਦਾ ਕਨਫਰਮ ਮੈਂ ਪੁੱਛਿਆ ਨਹੀਂ, ਉਹ ਤੁਸੀਂ ਉਹਦੇ ਨਾਲ ਗੱਲ ਮਜ਼ੀਦ ਆਪਣੀ ਗੱਲਬਾਤ ਪੱਕੀ ਕਰਕੇ ਫਿਰ ਜਾਣਾ, ਵੀਡੀਓ ਪੂਰੀ ਵੇਖ ਕੇ ਫਿਰ ਤੁਸੀਂ ਉਹਦੇ ਨਾਲ ਗੱਲ ਕਰਨੀ ਆ, ਠੀਕ ਆ। ਵੇਅਰ ਹਾਊਸ ਦੇ ਵਿੱਚ ਕੰਮ ਆ, ਲੋਡਿੰਗ ਅਨਲੋਡਿੰਗ ਦਾ ਵੀ ਹੋ ਸਕਦਾ, ਪੈਕਿੰਗ ਸ਼ੈਕਿੰਗ ਦਾ ਵੀ ਹੋ ਸਕਦਾ, ਕਈ ਕੰਮ ਉਹਦੇ 'ਚ ਆ ਜਾਂਦੇ ਨੇ, ਠੀਕ ਹੈ। ਬਾਅਦ 'ਚ ਮੈਨੂੰ ਕੱਲ੍ਹ ਨੂੰ ਨਹੀਂ ਕਹਿਣਾ ਵੀ ਅਸੀਂ ਉਹਨੂੰ ਪੈਸੇ ਦਿੱਤੇ ਸਾਨੂੰ, ਜੋ ਕੋਈ ਪੈਸੇ ਪੂਸੇ ਨਹੀਂ ਲੈਂਦਾ ਜੋਬ 'ਤੇ, ਨਾ ਤੁਸੀਂ ਦੇਣੇ ਨੇ। ਅਗਰ ਤੁਹਾਨੂੰ ਜੋਬ ਦੇਵੇ ਤਾਂ ਤੁਸੀਂ ਬਿਸਮਿਲ੍ਲਾ ਜਾ ਕੇ ਕਰਨੀ ਆ, ਆਪਣੀ ਜੋਬ ਕਰੋ, ਠੀਕ ਹੈ। ਬਾਕੀ ਆ ਜਿਹੜੇ ਮੇਰੇ ਨਾਂ ਦੀਆਂ ਫੇਕ ਆਈਡੀਆਂ ਬਣਾ ਕੇ ਫਿਰਦੇ ਨੇ, ਇਹਨਾਂ ਤੋਂ ਬਚੋ। ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਕਹਿ ਰਿਹਾ ਵੀ ਇਹਨਾਂ ਤੋਂ ਬਚੋ, ਠੀਕ ਹੈ ਨਾ। ਕੋਈ ਅਗਰ ਮੇਰੀ ਫੇਕ ਆਈਡੀ ਤੋਂ ਮੈਸੇਜ ਕਰਦਾ ਵੀ ਉਹਨੂੰ ਰਿਪੋਰਟ ਮਾਰ ਦਿਓ। ਮੇਰੀਆਂ ਦੋ ਹੀ ਰੀਅਲ ਆਈਡੀਆਂ ਨੇ, ਇੱਕ ਟਿਕਟੋਕ ਦੀ ਜਿਹੜੀ ਆ ਕਿ ਨਈਮ ਚੌਹਾਨ 16, 233,000 ਕੁਛ ਫਾਲੋਅਰ ਨੇ ਉਹਦੇ। ਯਾਰ ਤੁਸੀਂ ਫਾਲੋਅਰ ਹੀ ਵੇਖ ਲਿਆ ਕਰੋ, ਇੱਕ ਬੰਦੇ ਦੇ ਫਾਲੋਅਰ ਹੈਗੇ ਨੇ 3,000, 4,000, 5,000, ਉਹਨੂੰ ਤੁਸੀਂ ਪੈਸੇ ਸੈਂਡ ਕਰ ਰਹੇ ਹੋ। ਇਹ ਪੈਸੇ ਔਨਲਾਈਨ ਫਿਲਹਾਲ ਅਸੀਂ ਮੰਗਵਾਉਂਦੇ ਹੀ ਨਹੀਂ, ਜਦੋਂ ਵੀਜ਼ਾ ਹੀ ਨਹੀਂ ਓਪਨ ਹੈ ਤਾਂ ਪੈਸੇ ਅਸੀਂ ਕਿਉਂ ਮੰਗਵਾਉਣੇ? ਉਹ ਨਾ ਹੀ ਸਾਡਾ ਕੰਮ ਇੱਦਾਂ ਔਨਲਾਈਨ ਪੈਸੇ ਮੰਗਵਾਉਣ ਦਾ, ਠੀਕ ਹੈ। ਬਾਕੀ ਵੀਡੀਓ ਪੂਰੀ ਵੇਖੋ, ਹੋ ਸਕੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਪ੍ਰੈਸ ਕਰੋ, ਕਿਉਂਕਿ ਕਿਸੇ ਹੋਰ ਦਾ ਭਲਾ ਹੋ ਸਕੇ ਤਾਂ ਵੀਡੀਓ ਹਰ ਗਰੁੱਪ ਦੇ ਵਿੱਚ ਲਾਜ਼ਮੀ ਸ਼ੇਅਰ ਕਰਨੀ ਹੈ, ਠੀਕ ਹੈ। ਸਾਡਾ ਚੈਨਲ ਆ ਸਮਾਈਲ ਵਲੌਗ, ਇਹਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਵਾ। ਇਹਦਾ ਨੰਬਰ ਮੈਂ ਇੱਥੇ ਮੈਨਸ਼ਨ ਕਰ ਦੇਣਾ ਵਾ, ਨੰਬਰ ਵੀ, ਡਿਟੇਲ ਸਾਰੀ ਜੋ ਜੋ ਉੱਥੇ ਚਾਹੀਦਾ ਵਾ, ਠੀਕ ਹੈ। ਅਤੇ ਤੁਸੀਂ ਉਹਦੇ ਨਾਲ ਰਾਬਤਾ ਕਰਕੇ ਜਾ ਸਕਦੇ ਹੋ, ਅੱਛੀ ਸੈਲਰੀ ਹੈ, ਪੁਰਸਕੂਨ ਮਾਹੌਲ ਹੈ, ਵੇਅਰ ਹਾਊਸ ਸ਼ੈੱਡ ਦੇ ਥੱਲੇ ਕੰਮ ਹੈ, ਨਾ ਗਰਮੀ ਨਾ ਗੱਲ ਨਾ ਕੋਈ ਬਾਤ, ਗਰਮੀ ਤਾਂ ਜ਼ਾਹਰੀ ਗੱਲ ਥੋੜ੍ਹੀ ਬਹੁਤੀ ਤਾਂ ਹੋਣੀ ਹੈ। ਅਤੇ ਬਾਕੀ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਮਠਿਆ ਜੂਸ ਵੀ ਪੀ ਲਈਏ, ਭੁੱਖ ਬਹੁਤ ਲੱਗੀ। ਅੱਛਾ, ਗੱਲ ਕਰ ਰਹੇ ਸੀ ਆਪਾਂ, ਅਤੇ ਤੁਸੀਂ ਮੇਰਾ ਭਰਾ ਉਹਦੇ ਨਾਲ ਰਾਬਤਾ ਕਰੋ, ਰਾਬਤਾ ਕਰਕੇ ਆਪਣਾ ਰੋਜ਼ੀ ਦੇ ਮੱਥੇ ਲੱਗੋ, ਕਿਉਂਕਿ ਇੱਥੇ ਵਿਹਲੇ
ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ। ਠੀਕ ਹੈ, ਸਾਨੂੰ ਤਾਂ ਫਾਇਦਾ ਜਦੋਂ ਹੋਣਾ ਇਹਦੇ ਤੋਂ ਹੋਣਾ ਵਾ, ਬਾਕੀ ਕਿਸੇ ਦਾ ਫਾਇਦਾ ਹੋ ਜਾਵੇ ਇਹਦੇ ਵਿੱਚ, ਅੱਲਾਹ ਪਾਕ ਵੀ ਖੁਸ਼ ਅਤੇ ਬੰਦਾ ਵੀ ਖੁਸ਼ ਅਤੇ ਅਸੀਂ ਵੀ ਖੁਸ਼। ਠੀਕ ਹੈ, ਅੱਲਾਹ ਪਾਕ ਸਭ ਨੂੰ ਰਿਜ਼ਕੇ ਹਲਾਲ ਤੌਫੀਕ ਅਤਾ ਫਰਮਾਵੇ, ਸਭ ਨੂੰ ਬਾਬਾ ਜੀ ਖੁਸ਼ ਰੱਖੇ, ਆਬਾਦ ਰੱਖੇ, ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਅਸੀਂ ਤਾਂ ਦੁਆ ਹੀ ਕਰ ਸਕਦੇ ਹਾਂ, ਪਰਦੇਸੀ ਭਰਾ ਨੂੰ ਵੀ ਤੁਹਾਡੇ ਤਰ੍ਹਾਂ ਮਜ਼ਦੂਰ ਆ, ਰੋਜ਼ੀ ਕਮਾਈ ਆ, ਰੋਜ਼ੀ ਕਮਾ ਰਿਹਾ ਵਾਂ, ਜਾ ਰਿਹਾ ਵਾਂ, ਹੁਣ ਬੰਦੇ ਲੈ ਕੇ ਆਉਣੇ ਨੇ, ਜ਼ਾਹਰੀ ਗੱਲ ਟਾਈਮ ਟੇਬਲ ਇੱਕ, ਲੈਣ ਜਾਣਾ ਛੱਡਣ ਜਾਣਾ, ਲੈ ਕੇ ਆਉਣਾ, ਰੂਮ ਸ਼ੂਮ ਖਾਣਾ ਪੀਣਾ ਸਭ ਕੁਝ ਬੰਦੋਬਸਤ ਕਰਨਾ। ਠੀਕ ਹੈ, ਬਾਕੀ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਬਾਅਦ ਰੱਖੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਮਿਲ ਸਕੇ, ਨੰਬਰ ਇਹਦੇ ਮੈਂਸ਼ਨ ਹੋ ਜਾਏਗਾ। ਓਕੇ।